ਨਾਨਕ ਸਿੰਘ ਦਾ ਨਾਵਲ ਧੁੰਦਲੇ ਪਰਛਾਵੇਂ ਦੂਸਰੇ ਭਾਗ ਦਾ ਨੋਵਾਂ ਅੰਗ ਇੱਕ ਦਿਨ ਦੋ ਦਿਨ ਚਾਰ ਦਿਨ ਹੁੰਦਿਆਂ ਹੁੰਦਿਆਂ ਪੂਰੇ 10 ਦਿਨ ਬੀਤ ਗਏ ਪਰ ਖਾਲਾ ਮਮਤਾਜ ਨੂੰ ਸਫਲਤਾ ਨਾ ਹੋ ਸਕੇ ਸੁਭਦਰਾ ਨੇ ਖਾਣਾ ਪੀਣਾ ਛੱਡ ਦਿੱਤਾ ਇੱਕ ਤਰ੍ਹਾਂ ਦਾ ਮਰਨ ਵਰਤੀ ਉਹਨੇ ਧਾਰ ਲਿਆ ਮਮਤਾਜ ਤੇ ਉਹਦੀਆਂ ਹੰਡੀਆਂ ਵਰਤੀਆਂ ਸ਼ਾਗਿਰਦਨਾ ਆਪੋ ਆਪਣੇ ਫਨ ਖੇਡ ਦੀਆਂ ਹਾਰ ਗਈਆਂ ਸੁਭਦਰਾ ਨੂੰ ਸ਼ੁਰੂ ਚ ਕੁਝ ਦਿਨ ਬੁਖਾਰ ਚੜਨਾ ਸ਼ੁਰੂ ਹੋ ਗਿਆ ਉਸਤੇ ਜੋ ਭੀਤ ਰਹੀ ਸੀ ਨਰਕ ਦੀ ਪੱਠੀ ਵੱਲ ਲੈ ਜਾਣ ਲਈ ਜਿਸ ਰਸਤੇ ਉਹਨੂੰ ਤੋਰਨ ਦੀਆਂ ਕੋਸ਼ਿਸ਼ਾਂ ਅਠੇ ਪੈਰ ਜਾਰੀ ਸਨ ਸੁਭਦਰਾ ਨੇ ਇਸ ਨਾਲੋਂ ਬਿਹਤਰ ਸਮਝਿਆ ਕਿ ਬੁਖਾਰ ਚੀ ਉਹਦੀ ਮੌਤ ਹੋ ਜਾਏ ਪਰ ਚੌਥੇ ਦਿਨ ਉਹਦਾ ਬੁਖਾਰ ਉਤਰ ਗਿਆ ਜਿਹਦਾ ਉਹਨੂੰ ਬੇहद ਅਫਸੋਸ ਹੋਇਆ মুনਤਾਜ਼ ਪਿਛਲੇ ਦਿਨਾਂ 'ਚ ਖੁਦ ਕਈ-ਕਈ ਘੰਟੇ ਰੋਜ਼ ਉਸ ਨਾਲ ਸਿਰ ਖਪਾਉਂਦੀ ਰਹੀ ਸੁਭਦਰਾ ਦੇ ਹੱਥ 'ਚੋਂ ਜ਼ਰਾ ਜਿੰਨੀ ਵੀ ਤ੍ਰੇੜ ਨਾ ਪਾ ਸਕੀ ਸ਼ਾਮ ਦੇ 7:00 ਵਜੇ ਦਾ ਵੇਲਾ ਸੀ ਇਸ ਵੇਲੇ ਉਸ ਦੋ ਮੰਜ਼ਲੇ ਚ ਅੱਛੀ ਖਾਸੀ ਰੌਣਕ ਸੀ ਕਈ ਕਮਰੇ ਖੁੱਲਦੇ ਬੰਦ ਹੁੰਦੇ ਵੱਡੇ ਵੱਡੇ ਲਾਲੇ ਸਰਦਾਰ ਖਾਨ ਬਹਾਦਰ ਬੂਟ ਚਰਕਾਉਂਦੇ ਪੌੜੀਆਂ ਚੜ੍ਹਦੇ ਛੁੱਟੀਆਂ ਹਲਾਉਂਦੇ ਖਾਲਾ ਮੁਮਤਾਜ਼ ਦੇ ਦਸੇ ਕਮਰਿਆਂ ਚ ਦਾਖਲ ਹੋ ਜਾਂਦੇ ਮੁਮਤਾਜ਼ ਪਾਸ ਤਿੰਨ ਰੌਕਰ ਸਨ ਜਿਹੜੇ ਵਾਰੀ ਵਾਰੀ ਸ਼ਰਾਬ ਸੋਡਾ ਖਾਣ ਪੀਣ ਦੀ ਸਮਗਰੀ ਢੋਣ ਤੇ ਲੱਗੇ ਰਹਿੰਦੇ ਉਹਨਾਂ ਚ ਇੱਕ ਕੁੜੀ ਵੀ ਸੀ ਉਹੀ ਗੋਮਤੀ ਇਹ ਅਕਸਰ ਹਿੰਦੂ ਗਾਕਾਂ ਦੀ ਸੇਵਾ ਕਰਿਆ ਕਰਦੀ ਸਭ ਪਾਸਿਆਂ ਤੋਂ ਵੇਲੀ ਹੋ ਕੇ ਮੁਮਤਾਜ ਸੁਪਧਰਾ ਦੇ ਕਮਰੇ ਚ ਆਈ ਸੁਪਧਰਾ ਇਸ ਵੇਲੇ ਪਲੰਗ ਤੇ ਲੇਟੀ ਛੱਤ ਦੀਆਂ ਕੜੀਆਂ ਗਿਣ ਰਹੀ ਸੀ ਮੁਮਤਾਜ ਨੂੰ ਵੇਖਿਆ ਜੋ ਅੱਗੇ ਨਾਲੋਂ ਵੀ ਬਹੁਤਾ ਡਰੀ ਕਿਉਂਕਿ ਜਦੋਂ ਉਹ ਆਉਂਦੀ ਸੀ ਉਹਦੇ ਚਿਹਰੇ ਤੇ ਨਿੰਮੀ ਨਿੰਮੀ ਮੁਸਕਣੀ ਹੁੰਦੀ ਸੀ ਤੇ ਅੰਦਰ ਆਉਂਦੀਆਂ ਇਸਪਧਰਾ ਨੂੰ ਬੇਟੀ ਬੇਟੀ ਕਹਿ ਕੇ ਬੁਲਾਉਂਦੀ ਸੀ ਪਰ ਰਾਜੂ ਦੀਆਂ ਅੱਖਾਂ ਦੇ ਡੋਰੇ ਕ੍ਰੋਧ ਨਾਲ ਲਾਲ ਸਨ ਆਉਂਦੀ ਉਹ ਕੁਰਸੀ ਖਿੱਚ ਕੇ ਸੁਪਧਰਾ ਦੇ ਸਾਹਮਣੇ ਡੱਟ ਗਈ ਤੇ ਇਸ ਤਰ੍ਹਾਂ ਕੜ ਕੇ ਕੁੜੀਏ ਸੱਜੇ ਕੰਨ ਸੁਣ ਭਾਵੇਂ ਖੱਬੇ ਕੰਨ ਤੇਰੀਆਂ ਨਾਜ਼ਬਰਦਾਰੀਆਂ ਜਿੰਨੀਆਂ ਕੋ ਮੇਰੇ ਕੋਲ ਹੋ ਸਕਦੀਆਂ ਘਰ ਚੁੱਕੀਆਂ ਤੈਨੂੰ ਸਾਫ਼-ਸਾਫ਼ ਦੱਸਦੇ ਆ ਮੈਂ ਤੈਨੂੰ ਮੁੱਲ ਖਰੀਦ ਚੁੱਕੀਆਂ ਰੁਪਿਆਂ ਦੀ ਝੋਲੀ ਭਰ ਕੇ ਮੈਂ ਤੇਰੇ ਵੱਟੇ ਇਸ ਲਈ ਨਹੀਂ ਖਰਚੀ ਕਿ ਤੈਨੂੰ ਨਵਾਬਜਾਦੀ ਨੂੰ ਪਲੰਗ ਤੇ ਬਿਠਾ ਕੇ ਖੁਆਉਂਦੀ ਰਾਂ ਸਿੱਧੀ ਹੋ ਕੇ ਆਪਣੇ ਕੰਮ ਤੇ ਲੱਗ ਜਾ ਨਹੀਂ ਤੇ ਜਿਹੜਾ 1000 ਰੁਪਿਆ ਮੈਂ ਤੇਰੇ ਬਦਲੇ ਖਰਚ ਕੀਤਾ ਐ ਇੱਥੇ ਢੇਰੀ ਕਰ ਤੁਰਦੇ ਹੋ ਕਮਰੇ ਚ ਮੁਮਤਾਜ਼ ਦੀਆਂ ਗੱਲਾਂ ਨਾਲੋਂ ਦੂਣੀ ਆਵਾਜ਼ ਸੁਭਦਰਾ ਦੇ ਹਟਕੋਰੀਆਂ ਦੀ ਗੂੰਜ ਰਹੀ ਸੀ ਇਸੇ ਤਰ੍ਹਾਂ ਦਾ ਪੌਣਾ ਘੰਟਾ ਮੁਮਤਾਜ਼ ਵਰਦੀ ਰਹੀ ਪਰ ਸੁਭਦਰਾ ਵੱਲੋਂ ਛੁੱਟ ਰੋਣ ਤੋਂ ਕੋਈ ਜਵਾਬ ਨਾ ਮਿਲਿਆ ਛੇਕੜ ਉੱਠਣ ਲੱਗੀ ਨੇ ਅਜਿਹੀ ਗੱਲ ਕਹੀ ਕਿ ਸੁਭਦਰਾ ਘਬਰਾ ਕੇ ਪਲੰਘ ਤੋਂ ਉੱਠੀ ਧੜਮ ਕਰਦੀ ਉਹਦੇ ਪੈਰਾਂ ਤੇ ਡੇਕੇ ਬਲੀ ਨਾ ਨਾ ਮਾਈ ਰੱਬ ਦੇ ਵਾਸਤੇ ਇਹ ਕੰਮ ਨਾ ਕਰੀ ਮੈਂ ਸਭ ਕੁਝ ਮੰਨ ਲਾਂਗੀ ਜੋ ਤੂੰ ਕਹੇਂਗੀ ਸੁਭਦਰਾ ਨੇ ਪੱਥਰ ਗਾਲ ਤਰਲੇ ਮੁਮਤਾਜ਼ ਦੇ ਉਹਨਾਂ ਸ਼ਬਦਾਂ ਦੇ ਉੱਤਰ ਚ ਸੰ ਜਿਹੜੇ ਉਹਨੇ ਛੇਕੜ ਕਹੀਂ ਠਹਿਰ ਜਾ ਗਊ ਦਾ ਮਾਸ ਲਿਆ ਕੇ ਮੈਂ ਤੇਰੇ ਮੂੰਹ ਚ ਪਾਵਾਂ ਫੇਰ ਤੂੰ ਸਿੱਧੀ ਹੋਏਂਗੀ ਮਮਤਾਜ ਦਾ ਜਾਦੂ ਆਖਰ ਚੱਲ ਹੀ ਗਿਆ ਪੈਰਾਂ ਤੇ ਡਿੱਗੀ ਸੁਭਦਰਾ ਪਾਸੋਂ ਨੇ ਹੋਰ ਵੀ ਕੋਈ ਕਈ ਇਨਾ ਮੰਨਵਾ ਕੇ ਛੱਡੀਆਂ ਸਭ ਕਾਸੇ ਦੇ ਉੱਤਰ ਚ ਸੁਭਦਰਾ ਦੇ ਮੂੰਹੋਂ ਹਾਂ ਤੋਂ ਛੁੱਟ ਹੋਰ ਕੁਝ ਨਹੀਂ ਨਿਕਲਿਆ ਇਹ ਕੀ ਕੀ ਇਕਰਾਰ ਸੀ ਜਿਹੜੇ ਸੁਭਦਰਾ ਨੇ ਉਹਦੇ ਸਾਹਮਣੇ ਸਿਰ ਨਿਵਾ ਕੇ ਕਰਨੇ ਪਏ ਇਹਨਾਂ ਦਾ ਵੇਰਵਾ ਦੱਸਣ ਲਈ ਨਾ ਸੱਬੇ ਤਾਂ ਆ ਗਿਆ ਦਿੰਦੀ ਨਾ ਮਨੁੱਖ ਪਣਾ ਬਾਹਰ ਨਿਕਲ ਕੇ ਖਾਲਾ ਮਮਤਾਜ ਸਿੱਧੀ ਨਸੀਮ ਦੇ ਕਮਰੇ ਵੱਲ ਗਈ ਜਿੱਥੋਂ ਹੁਣੇ ਇੱਕ ਰਾਏ ਸਾਹਿਬ ਨਿਕਲ ਕੇ ਗਏ ਸੀ ਮੇਸਤੀ ਅਜੇ ਤੱਕ ਬੋਤਲਾਂ ਗਲਾਸ ਪਲੇਟ ਆਦ ਸਾਮਾਨ ਪਿਆ ਸੀ ਫਰਸ਼ ਤੇ ਕਬਾਬ ਦੀਆਂ ਹੱਡੀਆਂ ਸੜੀਆਂ ਸਿਗਟਾਂ ਦੇ ਟੁਕੜੇ ਖਿਲਰੇ ਸਨ ਸ਼ਰਾਬ ਤੇ ਸਿਗਟਾਂ ਦੇ ਧੂਏ ਦੀ ਰਲਵੀ ਮੁਸ਼ਕ ਅਜੇ ਤੱਕ ਕਮਰੇ 'ਚ ਫੈਲੀ ਸੀ ਜਾਂਦੇ ਹੀ ਉਹਨੇ ਨਸੀਮ ਨੂੰ ਜਫੀ 'ਚ ਘੁੱਟ ਕੇ ਕਿਹਾ ਹੋ ਗਿਆ ਕਮਰਾਸ ਬੜੀ ਚੀੜੀ ਨਿਕਲੀ ਏ ਛੋਕਰੀ ਤਾਂ ਬਸ ਜਿਉਂ ਹੀ ਗਊ ਦਾ ਨਾਂ ਕੰਨੀ ਪਿਓ ਸੁ ਬੁਰਜਵਾੰਗ ਪੈਰਾਂ ਮੇਰਿਆਂ ਤੇ ਆ ਡਿਗੀ ਨਸੀਮ ਇਸ ਵੇਲੇ ਅਧਨੰਗੀ ਹਾਲਤ ਚ ਮੰਜੇ ਤੇ ਪਈ ਸੀ ਸ਼ਰਾਬ ਦੇ ਨਸ਼ੇ ਨਾਲ ਉਹਦੀਆਂ ਅੱਖਾਂ ਚੜੀਆਂ ਸੀ ਹੈ ਤਾਂ ਨਸੀਬ ਵੀ ਦੂਜੀਆਂ 5-6 ਕੁੜੀਆਂ ਵਾਂਗ ਉਹਦੀ ਬੈਕ ਖਰੀਦ ਪਰ ਆਪਣੀ ਵਫਾਦਾਰੀ ਤੇ ਚੁਲਬਲੇਪਣ ਦੀ ਤਾਕਤ ਨਾਲ ਉਹ ਮਮਤਾਜ ਦੇ ਵਦੇਰੇ ਮੂੰਹ ਲੱਗੀ ਸੀ ਨਸੀਮ ਨੂੰ ਵੀ ਕਦੇ ਇਸੇ ਤਰ੍ਹਾਂ ਕਿਸੇ ਪਹਾੜੀ ਇਲਾਕੇ ਚ ਲੈ ਜਾਂਦਾ ਗਿਆ ਸੀ ਉਦੋਂ ਉਹਦੀ ਉਮਰ ਬਹੁਤ ਛੋਟੀ ਸੀ ਕੁੱਲ 10 ਵਰਿਆਂ ਦੀ ਇਸੇ ਕਰਕੇ ਉਹਦੀ ਜ਼ਿੰਦਗੀ ਉੱਤੇ ਇਸ ਦੁਨੀਆ ਦਾ ਰੰਗ ਰੋਗਣ ਬਹੁਤ ਗੂੜਾ ਚੜਿਆ ਉਹਨੂੰ 12ਵੇਂ ਵਰੇ ਮਮਤਾਜ ਨੇ ਪੇਸ਼ੇ ਤੇ ਬਠਾਲਤਾ ਸ਼ਾਇਦ ਇਹੋ ਕਾਰਨ ਹੈ ਕਿ ਇਸ ਵੇਲੇ ਜਦ ਕੇ ਨਸੀਮ ਦੀ ਉਮਰ 20 ਵਰਿਆਂ ਤੋਂ ਵੱਧ ਨਹੀਂ ਬੁੱਢੇ ਪੇਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਉਹਦਾ ਸਰੀਰ ਨੁੱਛੜੇ ਗੰਨੇ ਵਰਗਾ ਜਾਪਦਾ ਹੈ। ਆਪਣੀ ਕੁਦਰਤੀ ਸੁੰਦਰਤਾ ਤੇ ਜਵਾਨੀ ਨੂੰ ਦੋਹੀ ਹੱਥੀ ਲੁਟਾ ਕੇ ਨਾ ਸਤਾ ਅਠਾ ਵਰਿਆਂ ਦੀ ਉਹ ਇਸ ਕੁਦਰਤ ਦੀ ਅਨਮੋਲ ਪੂੰਜੀ ਤੋਂ ਸੱਖਣੀ ਹੋ ਬੈਠੀ ਹੈ। ਇਸ 'ਚ ਜੇ ਕੋਈ ਕਸਰ ਬਾਕੀ ਸੀ ਤਾਂ ਕਈ ਤਰ੍ਹਾਂ ਦੇ ਨਸ਼ਿਆਂ ਨੇ ਪੂਰੀ ਕਰਤੀ। ਇਸ ਵੇਲੇ ਨਸੀਮ ਦਾ ਸਲੀ ਰੰਗ ਰੂਪ ਵੇਖ ਕੇ ਕਿਸੇ ਵੀ ਨੌਜਵਾਨ ਦੇ ਅੰਦਰ ਕੋਈ ਖਿੱਚ ਨਹੀਂ ਪੈਦਾ ਹੋ ਸਕਦੀ। ਸਕੋ ਹੋ ਸਕਦਾ ਹੈ ਇਹਦੀ ਥਾਂ ਨਫਰਤ ਹੀ ਪੈਦਾ ਹੋਵੇ ਪਰ ਖਾਲਾ ਮੁਮਤਾਜ ਦੀਆਂ ਚੇਲੀਆਂ پاس ਇੱਕ ਨਹੀਂ ਦੋ ਇਹੋ ਜਿਹੇ ਗੁਰ ਹੈ ਜਿਨ੍ਹਾਂ ਦੀ ਕਿਰਪਾ ਨਾਲ ਉਹ ਬੁੱਢੇ ਪੇਤੀ ਕਪੜੇ ਚਾਹਵਾਨਾਂ ਲਈ ਦਿਲ ਪਰਚਾਵੇ ਦੀ ਚੀਜ਼ ਬਣੀਆਂ ਰਹਿ ਸਕਦੀਆਂ ਪਹਿਲਾ ਗੁਰ ਹੈ ਸਰੀਰ ਦਾ ਬਣਾ ਸ਼ਿੰਗਾਰ ਤੇ ਖਾਲਾ ਮੁਮਤਾਜ ਨੂੰ ਇਸ ਗੱਲ ਤੇ ਮਾਣ ਹੈ ਕਿ ਉਹ ਮੁਰਦੇ ਤੇ ਵੀ ਆਪਣੇ ਇਸ ਹੁਨਰ ਦੀ ਵਰਤੋਂ ਕਰਕੇ ਉਹਨੂੰ ਮਨ ਖਿੱਚੂਆ ਬਣਾ ਸਕਦੀ ਹੈ ਦੂਜੀ ਚੀਜ਼ ਹੈ ਨਾਜ਼ ਨਖਰਾ ਸੋ ਇਹਨਾਂ ਦੋਹਾਂ ਚੀਜ਼ਾਂ ਦੇ ਸਹਾਰੇ ਨਸੀਮ ਦਾ ਕੰਮ ਰਿਹੜਿਆ ਜਾਂਦਾ ਹੈ। ਮਮਤਾਜ ਦੀ ਗੱਲ ਸੁਣ ਕੇ ਨਸੀਮ ਉੱਠ ਬੈਠੀ ਆਪਣੀ ਖਾਲਾ ਦੀ ਕਾਮਯਾਬੀ ਤੇ ਹਸਦੀ ਹਸਦੀ ਹੋ ਉਹਦੇ ਗੱਲ ਚੰਬੜ ਗਈ। ਮਮਤਾਜ ਨੇ ਉਹਦੀਆਂ ਪੀਚੀਆਂ ਹੋਈਆਂ ਬਾਹਾਂ ਨੂੰ ਗਲ ਨਾਲੋਂ ਲਾ ਕੇ ਕੁਝ ਗੁੱਸੇ ਨਾਲ ਇੱਕ ਦੋ ਨੰਗੀਆਂ ਗਾਲਾਂ ਕੱਢ ਕੇ ਕਿਹਾ ਤੈਨੂੰ ਜੋ ਕਿਹਾ ਹੋਇਆ ਵੇ ਇੰਨੀ ਨਾ ਪੀਆ ਕਰ ਕਿਸੇ ਦਿਨ ਯਾਦ ਰੱਖੀ ਤੇਰੀ ਤਲੀ ਫੜ ਜਾਣੀ ਹੈ। ਮੈਂ ਕੀ ਕਰਦੀ ਖਾਲਾ ਨਸ਼ੇ ਚ ਚੁੱਟੁੱਟ ਲਾਂਦੀ ਨਸੀਮ ਬੋਲੀ ਉਹ ਵਕਤ ਖੜਾ ਹੀ ਨਹੀਂ ਸੀ ਛੜਦਾ ਮੈਂ ਬਥੇਰਾ ਰੋਕਿਆ ਬਦੋ ਬਦੀ ਗਲਾਸ ਮੇਰੇ ਹੂੰ ਮੇਰੇ ਮੂੰਹ ਨੂੰ ਲਾ ਦੇਵੀਂ ਖੈਰ ਮਮਤਾਜ ਨੇ ਆਪਣੇ ਮਤਲਬ ਵਾਲਾਉਂਦੇ ਆ ਕਿ ਅੱਜ ਤੂੰ ਆਪਣਾ ਮੰਜਾ ਬਿਸਤਰਾ ਉਹਦੇ ਕਮਰੇ ਚ ਲੈ ਜਾਈਂ ਅੱਛਾ ਅੱਜ ਨਹੀਂ ਖਾਲਾ ਨਸੀਮ ਲਾੜ ਨਾਲ ਉਹਦਾ ਮੋਢਾ ਫੜ ਕੇ ਬੋਲੀ ਅੱਜ ਮੈਂ ਸਿਆਰ ਕਰਨ ਜਾਣਾ ਵੇ ਕਿਸ ਨਾਲ ਉਹ ਜਿਹੜਾ ਪਰਸੋ ਰਾਤੀ ਆਇਆ ਸੀ ਮਲਕ ਖੁਦਾ ਜਾਣੇ ਕੀ ਨਾਂ ਸੀ ਉਹਦਾ ਤੇ ਸੋਚ ਕੇ ਬੋਲੀ ਹਾਂ ਮਲਕ ਉਸਮਾਨ ਅਲੀ ਉਹ ਮੇਰੇ ਨਾਲ ਇਕਰਾਰ ਕਰ ਗਿਆ ਸੀ ਅੱਜ ਜੇ ਆ ਗਿਆ ਤੇ ਮੈਂ ਜ਼ਰੂਰ ਜਾਵਾਂਗੀ ਉਸ ਨਾਲ ਆਪਣੀਆਂ ਚੇਲੀਆਂ ਦਾ ਸੈਰ ਤਮਾਸ਼ੇ ਜਾਣਾ ਮੁਮਤਾਜ਼ ਨੂੰ ਪਸੰਦ ਨਹੀਂ ਸੀ ਇਸ ਨਾਲ ਉਹਦੀ ਆਮਦਨੀ 'ਚ ਕਸਾਰਾ ਰਹਿੰਦਾ ਸੀ ਨਾਲੇ ਹੋਰ ਵੀ ਕਈ ਤਰ੍ਹਾਂ ਦੇ ਖਤਰੇ ਸੀ ਪਰ ਨਸੀਮ ਵਰਗੀ ਇਤਬਾਰਯੋਗ ਤੇ ਕੰਮ ਦੀ ਕੁੜੀ ਨੂੰ ਉਹ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ ਨਾ ਹੀ ਉਸ ਬਾਰੇ ਉਹਨੂੰ ਕੋਈ ਖਤਰਾ ਸੀ ਮੁਮਤਾਜ਼ ਵਰਗੀ ਹਨਰਮੰਦ ਦੀਵੀ ਨੂੰ ਇੰਨੇ ਨਾਲ ਹੀ ਸੰਤੋਖ ਨਹੀਂ ਸੀ ਹੋ ਸਕਦਾ ਵੀ ਸੁਭਦਰਾ ਨੂੰ ਉਹਨੇ ਸਭ ਕੁਝ ਮੰਨਣ ਲਈ ਹਾਂ ਕਰਵਾ ਲਈ ਉਹ ਜਾਣਦੀ ਸੀ ਕਿਸੇ ਕੰਮ ਲਈ ਮਜਬੂਰਨ ਹਾਮੀ ਭਰਨੀ ਹੋਰ ਗੱਲ ਹੈ ਪਰ ਉਸ ਲਈ ਮਨ ਬਣਾਉਣਾ ਹੋਰ ਹੁਣ ਉਹਨੂੰ ਲੋੜ ਸੀ ਇਸ ਗੱਲ ਦੀ ਕਿ ਸੁਭਦਰਾ ਦੇ ਅੰਦਰ ਵਿਸ਼ੇ ਦੀ ਅੱਗ ਬਾਲ ਕੇ ਉਹਦੇ ਜਜ਼ਬਿਆਂ ਨੂੰ ਬੇਕਾਬੂ ਕਰ ਦੇਵੇ ਤਾਂ ਕਿ ਉਸ ਪਾਸੋਂ ਉਹਨੂੰ ਕੋਈ ਹੋਰ ਖਤਰਾ ਬਾਕੀ ਨਾ ਰਹੇ ਇਸੇ ਖਿਆਲ ਨੂੰ ਲੈ ਕੇ ਮੁਮਤਾਜ਼ ਸੁਭਦਰਾ ਦੇ ਕਮਰੇ ਤੋਂ ਨਿਕਲ ਕੇ ਸਿੱਧੇ ਨਸੀਮ ਪਰ ਪਾਸ ਫੌਂਟੀ ਤੇ ਨਸੀਮ ਨੇ ਜਦ ਨਾ ਕਰਤੀ ਤੇ ਹੁਣ ਉਹਨੂੰ ਹੋਰ ਲੱਭਣੀ ਪਈ ਪਰ ਉਹ ਵੀ ਨਹੀਂ ਸੀ ਚਾਹੁੰਦੀ ਵੀ ਕਿਸੇ ਤਰ੍ਹਾਂ ਉਹਦੀ ਵਟਕ 'ਚ ਬਹੁਤਾ ਫਰਕ ਆਵੇ ਕਿਉਂਕਿ ਇਹੋ ਸ਼ਾਮ ਦਾ ਹੀ ਵੇਲਾ ਹੁੰਦਾ ਜਦ ਹਰ ਇੱਕ ਕੁੜੀ ਉਹਨੂੰ ਕੁਝ ਨਾ ਕੁਝ ਕਮਾ ਕੇ ਦਿੰਦੀ ਸੀ ਅਸਲ 'ਚ ਉਸ ਪਧਰਾ ਨੂੰ ਖਰੀਦ ਕੇ ਖਾਲਾ ਮੁਮਤਾਜ ਦੇ ਦਿਲ ਨੂੰ ਖੁਸ਼ੀ ਨਹੀਂ ਹੋ ਸਕੀ ਉਹਨੂੰ ਉਸ ਪਧਰਾ 'ਚ ਪਤਾ ਨਹੀਂ ਇਹੋ ਜਿਹਾ ਕੀ ਨੁਕਸ ਜਾਪਿਆ ਕਿ ਉਹ ਹਰ ਘੜੀ ਉਸ ਵੱਲ ਫਿਕਰਮੰਦ ਹੀ ਰਹਿੰਦੀ ਨਸੀਮ ਦੇ ਕਮਰੇ ਚੋਂ ਨਿਕਲ ਕੇ ਮੁਮਤਾਜ਼ ਗੋਮਤੀ ਨੂੰ ਸਦਕੇ ਚੁੱਖਾ ਚਿਰ ਉਹਨੂੰ ਕੁਝ ਸਿਖਾਉਂਦੀ ਪੜਾਉਂਦੀ ਰਹੀ। ਅਖੀਰ ਰਾਤ ਦੇ 9 ਵਜੇ ਗੋਮਤੀ ਆਪਣਾ ਬਿਸਤਰਾ ਚੁੱਕ ਕੇ ਸੁਪਧਰਾ ਦੇ ਕਮਰੇ ਵੱਲ ਤੁਰ ਪਈ। ਅੰਗ 10ਵਾਂ। ਖਾਲਾ ਮੁਮਤਾਜ਼ ਦੇ ਚਲੇ ਜਾਣ ਤੋਂ ਸੁਪਧਰਾ ਨੇ ਇੱਕ ਵਾਰੀ ਫੇਰ ਆਪਣੀ ਹਾਲਤ ਦਾ ਅਨੁਮਾਨ ਲਾਇਆ। ਆਪਣੇ ਕੀਤੇ ਇਕਰਾਰਾਂ ਨੂੰ ਉਹਨੇ ਦਿਲ 'ਚ ਦੁਹਰਾਇਆ। ਉਹਨੂੰ ਆਪਣੇ ਆਪ ਵੱਸੋਂ ਹੀ ਇੰਨੀ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਸਾਹਮਣੇ ਸ਼ੀਸ਼ੇ 'ਚੋਂ ਨਜ਼ਰ ਆ ਰਹੀ ਆਪਣੀ ਸ਼ਕਲ ਨੂੰ ਹੋਰ ਵੇਖਣਾ ਉਸ ਲਈ ਮੁਸ਼ਕਲ ਹੋ ਗਿਆ। ਉਹਦਾ ਦਿਲ ਇੱਕਦਮ ਥੱਲੇ ਥੱਲੇ ਜਾਣ ਲੱਗਾ ਜਿਹਦਾ ਉਸ پاس ਇੱਕੋ ਇਲਾਜ ਸੀ Almari ਚ ਪਈ ਸ਼ਰਬਤ ਦੀ ਇੱਕ ਬੋਤਲ ਕਈਆਂ ਦਿਨਾਂ ਤੋਂ ਬਰਾਬਰ ਉਹਦੀ ਵਰਤੋਂ ਕਰਦੀ ਆ ਰਹੀ ਸੀ ਇਸ ਨਾਲ ਉਹਦੀ ਤਬੀਅਤ ਬਹੁਤ ਕੁਝ ਰਾਸ ਆ ਜਾਇਆ ਕਰਦੀ ਸੀ ਤੇ ਜਦੋਂ ਉਹਦੀ ਬੋਤਲ ਖਾਲੀ ਹੋ ਜਾਂਦੀ ਗੋੰਤੀਆਂ ਨੂੰ ਚੁੱਕ ਕੇ ਲੈ ਜਾਂਦੀ ਦੂਜੀ ਭਰੀ ਰੱਖ ਲੈਂਦੀ ਅੱਜ ਸੁਪਧਰਾ ਦੀ ਤਬੀਅਤ ਬਹੁਤ ਜ਼ਿਆਦਾ ਬੇਚੈਨ ਸੀ ਚਾਹੁੰਦੀ ਸੀ ਆਪਣੇ ਆਪ ਨੂੰ ਤੇ ਆਪਣੇ ਇਸ ਹਾਲਤ ਨੂੰ ਉੱਕਾਈ ਭੁੱਲ ਜਾਵੇ ਇਸ ਲਈ ਉਹਨੇ ਬੋਤਲ ਵਿੱਚੋਂ ਥੋੜਾ ਜਿਹਾ ਸ਼ਰਬਤ ਪਾ ਕੇ ਪੀਤਾ ਪਰ ਉਸ ਨਾਲ ਉਹਨੂੰ ਕੋਈ ਬਹੁਤਾ ਲਾਭ ਨਾ ਹੋਇਆ ਫਿਰ ਹੋਰ ਤੇ ਇਸ ਤੋਂ ਬਾਅਦ ਹੋਰ ਜਿਵੇਂ ਉਹ ਪੌਂਦੀ ਚ ਪਿੰਦੀ ਗਈ ਉਹਿੰਜ ਮੈਂ ਅਨੁਭਵ ਕਰ ਰਹੀ ਸੀ ਜਿਵੇਂ ਸੱਚਮੁੱਚ ਉਹਨੂੰ ਸਭ ਕੁਝ ਭੁੱਲਦਾ ਜਾ ਰਿਹਾ ਹੈ ਇੱਥੋਂ ਤੱਕ ਕਿ 9 ਵਜਦਿਆਂ ਤੋੜੀ ਉਹਨੇ ਸਾਰੀ ਬੋਤਲ ਖਾਲੀ ਕਰ ਦਿੱਤੀ ਸੁਭਦਰਾ ਦੀ ਹਾਲਤ ਕਾਫੀ ਠੀਕ ਹੋ ਗਈ موجوده ਦੁਖਦਾਈ ਚਾਕੀਆਂ ਨੇ ਭਵਿੱਖ ਸੰਸਿਆ ਨੇ ਜਿਵੇਂ ਕੁਝ ਚਿਰ ਲਈ ਉਹ ਕਾ ਹੀ ਉਹਦਾ ਪਿੱਛਾ ਛੱਡ ਦਿੱਤਾ ਉਹਦੀਆਂ ਅੱਖਾਂ 'ਚ ਮਿੱਠਾ-ਮਿੱਠਾ ਖੁਮਾਰ ਸੀ ਸਰੀਰ 'ਚ ਮਸਤੀ ਕਿਸੇ-ਕਿਸੇ ਵੇਲੇ ਉਹਦੀਆਂ ਪਲਕਾਂ ਭਾਰੀ ਹੁੰਦੀਆਂ ਤੇ ਜਦ ਜੁੜ ਜਾਂਦੀਆਂ ਤਾਂ ਆਪਣੇ ਆਪ ਨੂੰ ਆਕਾਸ਼ ਛੁੱਟਦੀ ਅਨੁਭਵ ਕਰਦੀ ਸੀ ਇਸ ਵੇਲੇ ਰਾਤ ਦੀ ਗੂੜੀ ਕਾਲਖ ਉਹਦੇ ਕਮਰੇ 'ਚ ਫੈਲੀ ਸੀ ਪਰ ਉਹਨੂੰ ਇੰਨੀ ਵੀ ਸੋਜੀ ਨਹੀਂ ਸੀ ਕਿ ਬਿਜਲੀ ਜਗਾ ਦੇਵੇ ਅਚਾਨਕ ਉਹਦੀਆਂ ਅੱਖਾਂ ਖੁੱਲ ਗਈਆਂ ਜਦ ਕਮਰੇ 'ਚ ਬਿਜਲੀ ਦਾ ਤੇਜ਼ ਚਾਨਣ ਫੈਲ ਗਿਆ ਇਸੇ ਚਾਨਣ 'ਚ ਉਹਨੇ ਗੋਮਤੀ ਨੂੰ ਵੇਖਿਆ ਗੋਮਤੀ ਕਹਿੰਦੀ ਹੋਈ ਉੱਠ ਕੇ ਬੈਠ ਕੇ ਉਹਨੇ ਵੇਖਿਆ ਗੋਮਤੀ ਫਰਸ਼ 'ਤੇ ਆਪਣਾ ਬਿਸਤਰਾ ਵਿਛਾ ਰਹੀ ਸੀ ਗੋਮਤੀ ਦਾ ਰੰਗ ਕਾਫੀ ਹੱਦ ਤੱਕ ਕਾਲਾ ਸਰੀਰ ਦੀ ਬਣਤਰ ਵੀ ਬੇਡਾਲ ਜਿਹੀ ਸੀ ਉਹਦਾ ਠਿਕਣਾ ਜਿਹਾ ਸਰੀਰ ਵੇਖ ਕੇ ਕੋਈ ਕਹਿ ਨਹੀਂ ਸੀ ਸਕਦਾ ਇਹਦੀ ਉਮਰ 10 ਸਾਲਾਂ ਤੋਂ ਵੱਧ ਹੋਏਗੀ ਉਹਦੇ ਸਰੀਰ 'ਚ ਕੋਈ ਵੀ ਅਜਿਆ ਚਿੰਨ ਨਜ਼ਰ ਨਹੀਂ ਆਉਂਦਾ ਜਿਸ ਤੋਂ ਵੇਖਣ ਵਾਲਾ ਉਹਨੂੰ ਬਲੜੀ ਤੋਂ ਵੱਧ ਕੁਝ ਸਮਝ ਸਕੇ ਕਿਉਂਕਿ ਗੋਮਤੀ ਸੋਹਣੀ ਨਹੀਂ ਇਸ ਕਰਕੇ ਮਮਤਾਜ ਉਸ ਪਾਸੋਂ ਦੂਰਾ ਕੰਮ ਲੈਂਦੀ ਹੈ ਪੇਸ਼ੇ ਦਾ ਵੀ ਨੁਕਰਾਨੀ ਦਾ ਵੇ ਮੈਂ ਅੱਜ ਰਾਤੀ ਤੁਹਾਡੇ ਪਾਸ ਰਾਂਗੇ ਬਾਈ ਜੀ ਗੋਮਤੀ ਨੇ ਉਹਦੇ ਕੋਲ ਆ ਕੇ ਕਿਹਾ ਸੁਭਦਰਾ ਨੇ ਕੋਬਾਸੀ ਲੈਣ ਤੋਂ ਬਾਅਦ ਅਲਮਾਰੀ ਵੱਲ ਹੱਥ ਵਧਾ ਕੇ ਬੋਤਲ ਚੁੱਕੀ ਪਰ ਉਹ ਖਾਲੀ ਸੀ ਉਰੇ ਕਰੋ ਮੈਂ ਦੂਜੀ ਲਿਆਵਾਂ ਸੁਭਦਰਾ ਦਾ ਮਤਲਬ ਸਮਝ ਕੇ ਗੋਮਤੀ ਨੇ ਉਹਦੇ ਹੱਥੋਂ ਬੋਤਲ ਫੜ ਲਈ ਪੰਜਾ ਮਿੰਟਾਂ ਦੇ ਅੰਦਰ ਦੂਸਰੀ ਭਰੀ ਹੋਈ ਬੋਤਲ ਨਾਲੇ ਬਰਫ਼ ਦਾ ਟੁਕੜਾ ਵੀ ਲਿਆਈ ਤੇ ਜਦ ਠੰਡਾ ਗਲਾਸ ਤਿਆਰ ਕਰਕੇ ਗੋਮਤੀ ਨੇ ਉਹਨੂੰ ਪਿਆਇਆ ਸੁਭਦਰਾ ਨੇ ਆਹ ਠੰਡ ਪੈ ਗਈ ਕਹਿੰਦੀਆਂ ਗੋਮਤੀ ਨੂੰ ਬਾਹਾਂ ਫੜ ਕੇ ਆਪਣੇ ਪਾਸ ਬਿਠਾ ਲਿਆ ਫਿਰ ਉਹਨੂੰ ਆਪਣੇ ਹੋਰ ਨੇੜੇ ਖਿੱਚ ਕੇ ਬਲੀ ਅੱਛਾ ਗੋਮਤੀ ਅੱਜ ਤੂੰ ਮੇਰੇ ਕੋਲ ਰਹੇਂਗੀ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਵੀ ਇਕੱਲੀ ਪਈ ਪਈ ਉਦਾਸ ਹੋ ਗਈ ਸੀ ਅਸੀਂ ਅੱਜ ਖੂਬ ਦਿਲ ਖੋਲ ਕੇ ਗੱਲਾਂ ਕਰਾਂਗੇ ਤੂੰ ਮੈਨੂੰ ਦੱਸੇਂਗੀ ਨਾ ਜੋ ਜੋ ਗੱਲਾਂ ਮੈਂ ਤੈਨੂੰ ਪੁੱਛਾਂਗੀ ਕਿਉਂ ਨਹੀਂ ਬਾਈ ਜੀ ਪੁੱਛੋ ਜੋ ਪੁੱਛਣਾ ਹੈ ਗੋਮਤੀ ਨੇ ਪੂਰੇ ਭਰੋਸੇ ਵਾਲੀ ਆਵਾਜ਼ ਚ ਕਿਹਾ ਤੂੰ ਗੋਮਤੀ ਕਿੰਨੇ ਚਿਰ ਤੋਂ ਇੱਥੇ ਰਹਿਣੀ ਹੈ ਮੈਂ ਜੀ ਮੈਂ 7 ਸਾਲਾਂ ਦੀ ਸੀ ਜਦੋਂ ਇੱਥੇ ਲਿਆਂਦੀ ਗਈ ਲਿਆਂਦੀ ਗਈ ਸੀ ਤੈਨੂੰ ਵੀ ਮੇਰੇ ਵਾਂਗ ਕਿਤੋਂ ਲਿਆਂਦਾ ਗਿਆ ਸੀ ਹਾਂ ਬਾਈ ਜੀ ਇੱਥੇ ਸਾਰੀਆਂ ਕਿਤੋਂ ਨਾ ਕਿਤੋਂ ਲਿਆਂਦੀਆਂ ਜਾਂਦੀਆਂ ਨੇ ਮੈਂ ਬੰਗਾਲ ਦੀ ਰਹਿਣ ਵਾਲੀ ਆ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਿ ਮੇਰੇ ਮਾਪਿਆਂ ਨੇ ਕਿਉਂ ਮੈਨੂੰ ਖਾਲਾ ਮੁਮਤਾਜ ਕੋਲ ਭੇਜ ਦਿੱਤਾ ਉਦੋਂ ਮੈਂ ਬਿਲਕੁਲ ਅਣਜਾਣੀ ਸੀ 7 ਸਾਲਾਂ ਦੀ ਉਮਰ ਕੀ ਹੁੰਦੀ ਹੈ ਬਾਈ ਜੀ ਸੁਫਦਰਾ ਨੇ ਵੇਖਿਆ ਕੁੜੀ ਬੜੀ ਗਲਾਦੜ ਤੇ ਫਰਤੀਲੀ ਹੈ ਉਹਨੇ ਪੁੱਛਿਆ ਤੇ ਇੱਥੇ ਕੀ ਕੰਮ ਕਰਦੀਆਂ ਤੂੰ ਕੰਮ ਤੇ ਬਾਈ ਜੀ ਇੱਥੇ ਸਾਰੀਆਂ ਇੱਕੋ ਹੀ ਕਰਦੀਆਂ ਨੇ ਕੀ ਪੇਸ਼ਾ ਸੁਭਦਰਾ ਨੂੰ ਆਪਣੇ ਕੰਨਾਂ ਤੇ ਇਤਬਾਰ ਨਹੀਂ ਆਇਆ ਗੋਮਤੀ ਨੇ ਪੇਸ਼ਾਸ਼ ਬਦੇ ਇਸ ਤਰ੍ਹਾਂ ਸੈਤ ਸੁਭਾ ਮੂੰਹ ਕੱਢਿਆ ਜਿਵੇਂ ਕੋਈ ਸਧਾਰਨ ਕਾਰੋਬਾਰ ਵਾਸਤੇ ਦਸਦਾ ਹੈ ਸੁਭਦਰਾ ਨੇ ਇੱਕ ਪਰਚੋਲੀ ਨਜ਼ਰ ਨਾਲ ਉਹਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਵੇਖ ਕੇ ਠੰਬਰ ਜੀ ਗਈ ਹੈ ਤੂੰ ਪੇਸ਼ਾ ਕਰਾਨੀ ਹੈ ਗੋਮਤੀ ਹਾਂ ਭਾਈ ਨਾ ਕਰਾਵਾਂ ਤਾਂ ਰੋਟੀ ਕੱਪੜਾ ਕੌਣ ਦੇਵੇ ਤੇ ਤੇਰੀ ਉਮਰ ਕਿੰਨੀ ਹੈ 12 ਸਾਲ ਹੇਠਲੇ ਬੋਲ ਨੂੰ ਟੁੱਕਦੀ ਸੁਭਦਰਾ ਬੋਲੀ ਛੋੜਨਾ ਬੋਲ ਗੋਮਤੀ ਆਪਣੀ ਸੌਹ ਭਾਈ ਜੀ ਪਰ ਤੂੰ ਕਿਸ ਤਰ੍ਹਾਂ ਕਹਿੰਦੀ ਹੋ ਇਸ ਫਦਰਾ ਚੁੱਪ ਹੋ ਗਈ ਉਹਦਾ ਸਰੀਰ ਕੰਬ ਰਿਆ ਸੀ ਉਹ ਕਦੀ ਗੋਮਤੀ ਦੇ ਸਰੀਰ ਵੱਲ ਵੇਖਦੀ ਕਦੀ ਉਹਦੀਆਂ ਕਈਆਂ ਗੱਲਾਂ ਨੂੰ ਵਿਚਾਰਦੀ ਉਹਨੂੰ ਆਪਣੇ ਅੰਦਰ ਫੇਰ ਕੁਝ ਬੇਆਰਾਮੀ ਜੀ ਜਾਪਣ ਲੱਗੀ ਉਹਦਾ ਹੱਥ ਹਲਮਾਰੀ ਵੱਲ ਗਿਆ ਗੋਮਤੀ ਤੜ ਗਈ ਝਟਪਟ ਉੱਠ ਕੇ ਪਹਿਲਾਂ ਵਾਂਗ ਗਲਾਸ ਭਰ ਦਿੱਤਾ ਬਰਫ਼ ਦਾ ਥੋੜਾ ਜਿਹਾ ਟੁੱਟਾ ਜਿਤੀ ਤੌਲੀਏ ਚ ਲਪੇਟਿਆ ਪਿਆ ਸੀ ਪੀਣ ਤੋਂ ਬਾਅਦ ਸੁਭਦਰਾ ਨੂੰ ਫੇਰ ਜ਼ਰੂਰ ਆਉਣਾ ਸ਼ੁਰੂ ਹੋ ਗਿਆ ਗੱਲਾਂ ਦੇ سلسلے ਵਿਚਾਲੇ ਹੀ ਬੋਲੀ ਗੋਮਤੀ ਇਹ ਸ਼ਰਬਤ ਤੇ ਬੜੀ ਅਜੀਬ ਈ ਪੀਂਨੇ ਈ ਤਬੀਅਤ ਰਾਸ ਹੋ ਜਾਂਦੀ ਏ ਬੜਾ ਕੀਮਤੀ ਸ਼ਰਬਤ ਈ ਬਾਈ ਜੀ ਖਾਲਾ ਜਾਨ ਹਮੇਸ਼ਾ ਸਾਲ ਦੇ ਸਾਲ ਇੱਕ ਦੇਸੀ ਹਕੀਮ ਕੋਲੋਂ ਬਣਵਾਉਂਦੀ ਹੁੰਦੀ ਏ ਪਿੱਛੇ ਜੇ ਮੈਨੂੰ ਤਕਲੀਫ ਹੋ ਗਈ ਸੀ ਇਸੇ ਸ਼ਰਬਤ ਨੇ ਮੇਰੀ ਜਾਨ ਬਚਾਈ ਕੀ ਤਕਲੀਫ ਹੋ ਗਈ ਸੀ ਤੈਨੂੰ ਸੁਭਦਰਾ ਨੇ ਪੁੱਛਿਆ ਉੱਤਰ ਚ ਉਸੇ ਸਧਾਰਨ ਰੋਜ ਜਿਕਨ ਉਨੇ ਪੇਸ਼ੇਵਾਲੀ ਗੱਲ ਬਿਆਨ ਕੀਤੀ ਸੀ ਗੋਮਤੀ ਨੇ ਦੱਸਿਆ ਫਲਾਣੀ ਕਿਸਮ ਦੀ ਤਕਲੀਫ ਉਹਨੂੰ ਹੋ ਗਈ ਸੀ ਸੁਪਧਰਾ ਦੀ ਹੈਰਾਨੀ ਔੜਕ ਤੱਕ ਪਹੁੰਚ ਗਈ ਉਹਨੇ ਫਿਰ ਪੁੱਛਿਆ ਤੇ ਕਦ ਤੋਂ ਤੂੰ ਇਸ ਪੇਸ਼ੇ ਦਾ ਕੰਮ ਸ਼ੁਰੂ ਕੀਤਾ ਵਰਾ ਡੇਢ ਵਰਾ ਹੋ ਗਿਆ ਬਾਈ ਜੀ ਜਿਵੇਂ ਕੋਈ ਬੜੇ ਫਖਰ ਨਾਲ ਆਪਣੇ ਬਿਜ਼ਨਸ ਦਾ ਹਾਲ ਕਿਸੇ ਨੂੰ ਦੱਸਦਾ ਹੈ ਗੋਮਤੀ ਨੇ ਉਹਨੂੰ ਦੱਸਿਆ ਤਾਂ ਇਸ ਹਿਸਾਬ ਤੂੰ ਉਦੋਂ ਸਾਢੇ 10 ਕੁ ਵਰਿਆਂ ਦੀ ਹੋਏਗੀ ਹਾਂ ਬਾਈ ਜੀ ਇੰਨੀ ਹੋਵਾਂਗੀ ਹਰੀ ਕੁਮਰ ਦੀਆਂ ਲੜਕੀਆਂ ਇੱਥੇ ਆ ਜਾਂਦੀਆਂ ਨੇ 6 ਮਹੀਨੇ ਹੋਏ ਨੇ ਲਾਹਬਾਦੀਕ ਮੁਸਲਮਾਨ ਛੋਕਰੀ ਖਾਲਾ ਜਾਨੇ 500 ਰੁਪਏ ਤੋਂ ਮੁੱਲ ਲਈ ਸੀ ਪਰ ਬਹੁਤ ਬੇਵਕੂਫ ਸੀ ਬੜੀ ਝਗੜੇਬਾਜ਼ ਬਿਲਕੁਲ ਨਹੀਂ ਸੀ ਮੰਦੀ ਕਈ ਦਿਨ ਭੁੱਖੀ ਪਿਆਸੀ ਪਈ ਰਹੀ ਫਿਰ ਜਦ ਖਾਲਾ ਜਾਨੇ ਉਹਨੂੰ ਸੂਰ ਦਾ ਮਾਸ ਖਵਾਣ ਦੀ ਧਮਕੀ ਦਿੱਤੀ ਤਾਂ ਇੱਕਦਮ ਮੰਨ ਗਈ ਹੁਣ ਉਹ ਬਿਲਕੁਲ ਝਗੜਾ ਨਹੀਂ ਕਰਦੀ ਉਹਦਾ ਨਾਮ ਖਾਨਮ ਹੈ ਪਰ ਉਹਨਾਂ ਜ਼ਾਲਮਾਂ ਨੂੰ ਤੇਰੇ ਤੇ ਤਰਸ ਨਹੀਂ ਆਉਂਦਾ ਜਿਹੜੇ ਸੁਭਦਰਾ ਦੀ ਜ਼ੁਬਾਨ ਨੇ ਉਦਾਸਾਤ ਨਾ ਦਿੱਤਾ। ਉਹਨੇ ਸ਼ਾਇਦ ਆਪਣੇ ਧਿਆਨ ਚ ਗੋਮਤੀ ਦੀਆਂ ਉਪਰੋਕਤ ਗੱਲਾਂ ਸੁਣੀਆਂ ਹੀ ਨਹੀਂ। ਮੈਂ ਅਜੇ ਆਮ ਪੇਸ਼ਾ ਨਹੀਂ ਕਰਾਂਦੀ ਬਾਈ ਜੀ। ਗੋਮਤੀ ਨੇ ਉਸੇ ਸਰਲਤਾ ਨਾਲ ਦੱਸਿਆ। ਕੋਈ ਕੋਈ ਸ਼ਕੀਨ ਹੁੰਦੇ ਨੇ ਜਿਹੜੇ ਬਹੁਤ ਛੋਟੀਆਂ ਕੁੜੀਆਂ ਦਾ ਸ਼ੌਕ ਰੱਖਦੇ ਨੇ। ਤੇ ਤੂੰ ਕਿਤੇ ਚਲੀ ਕਿਉਂ ਨਹੀਂ ਜਾਂਦੀ? ਸੁਭਦਰਾ ਨੇ ਤਰਸ ਤੇ ਭਿੱਜ ਕੇ ਕਿਹਾ। ਚਲੀ ਕਿਉਂ ਜਾਵਾਂ ਬਾਈ ਜੀ? ਗੋਮਤੀ ਨੇ ਬੜੇ ਮਾਨ ਨਾਲ ਕਿਹਾ। ਮੈਨੂੰ ਇੱਥੇ ਕੋਈ ਤਕਲੀਫ ਏ। ਖਾਲਾ ਜਨ ਬੜੀ ਚੰਗੀ ਏ ਮੈਨੂੰ ਬੜੇ ਆਰਾਮ ਨਾਲ ਰੱਖਦੀ ਏ ਜੋ ਚੀਜ਼ ਮੰਗਾ। बोलदी बोलदी गोमती बुए ਦਾ ਖੜਾਕ ਸੁਣ ਕੇ ਰੁਕ ਗਈ ਤੇ 체ਤੀ ਨਾਲ ਉੱਠ ਕੇ ਕਹਿੰਦੀ ਹੋਈ 부ਏ ਬਲਬਦੀ ਲਓ ਬਾਈ ਜੀ ਭਾਵੇਂ ਉਹ ਆ ਗਿਆ ਜੇ ਮੇਰਾ ਮਜਨੂ ਬੁਆ ਖੁੱਲਦੇ ਇੱਕ ਮਰੀਲ ਜਿਹਾ ਗਬਰੂ ਲੜਕੜ ਆਉਂਦਾ ਹੋਇਆ ਅੰਦਰ ਦਾਖਲ ਹੋਇਆ ਤੇ ਬਿਨਾ ਇਹਦੀ ਪਰਵਾਹ ਕੀਤਿਆਂ ਵੀ ਕਮਰੇ 'ਚ ਗੋਮਤੀ ਤੋਂ ਬਿਨਾ ਕੋਈ ਹੋਰ ਵੀ ਹੈ ਗੋਮਤੀ ਨੂੰ ਜੱਫੀ 'ਚ ਲੈ ਕੇ ਬੋਲਿਆ ਓ ਮੇਰੀ ਮਹਿਮ ਤੁਮ ਕੋ ਮੈਂ ਕਿਤਨਾ دیر ਸੇ ਢੂੰਡਤਾ ਰਾਂ ਅੱਛਾ ਲਾਓ ਹਮਾਰਾ ਵਾਸਤੇ ਕੁਝ ਖਾਣੇ ਪੀਣੇ ਦਾ ਸਮਾਨ ਉਦਾ ਹੁਕਮ ਸੁਣਦਿਆਂ ਗੋਮਤੀ ਬਾਹਰ ਚਲੇ ਗਈ ਮਗਰ ਉਹ ਸ਼ਰਾਬੀ ਗਬਰੂ ਝੂਲਦਾ ਹੋਇਆ ਸੁਭਦਰਾ ਦੇ ਸਾਹਮਣੇ ਕੁਰਸੀ ਤੇ ਬੈਠ ਗਿਆ ਤੇ ਬੋਲਿਆ ਉਹ ਤੂੰ ਤੂੰ acha acha ਹਮਾਰਾ ਬਾਤ ਪਰ ਖਫਾ ਮਤ ਹੋਣਾ ਗੋਮਤੀ ਬਹੁਤ achhi ladki hai ਹਮਾਰਾ ਇਸ ਕੋ ਥੋੜਾ ਦਿਨ ਸੇ ਦੋਸਤੀ ਹੈ ਤੇ ਕੁਛ ਚਿਰ ਉਹ ਇਸੇ ਤਰ੍ਹਾਂ ਦੀਆਂ ਬੇਸਿਲਸਲਾ ਜੀਆਂ ਗੱਲਾਂ ਕਰਦਾ ਰਿਹਾ ਇੱਚਰ ਨੂੰ ਗੋਮਤੀ ਆ ਪਹੁੰਚੀ ਹਥਲੀਆਂ ਚੀਜ਼ਾਂ ਉਹਨੇ ਤਰਪਾਈ ਤੇ ਛੁਣ ਦਿੱਤੀਆਂ ਚੀਜ਼ਾਂ ਨੂੰ ਵੇਖ ਚਾ ਕੇ ਗੱਭਰੂ ਨੇ ਕੁਝ ਹੋਰ ਚੀਜ਼ਾਂ ਦੀ ਫਰਮਾਇਸ਼ ਪਾਈ ਦੂਜੀ ਵੇਰਾਂ ਜਾ ਕੇ ਗੋਮਤੀ ਉਹ ਚੀਜ਼ਾਂ ਵੀ ਲੈ ਆਈ ਗੋਮਤੀ ਨੇ ਤੇ ਉਸ ਚੰਮ ਸੁੱਕੜ ਗੱਭਰੂ ਦੋਹਾਂ ਨੇ ਸੁਭਦਰਾ ਨੂੰ ਬਿਠੇਰੀ ਸੁਲਾ ਮਾਰੀ ਪਰ ਉਹ ਕੁਝ ਖਾਣ ਪੀਣ ਨੂੰ ਤਿਆਰ ਨਾ ਹੋਈ ਅਖੀਰ ਦੋਵੇਂ ਅੰਮੋ ਸਾਹਮਣੇ ਕੁਰਸੀਆਂ ਤੇ ਬੈਠ ਕੇ ਇਹ ਸਾਰੇ ਸਮਾਨ ਨੂੰ ਮੁਕਾਣ ਲੱਗੇ ਖਾ ਪੀ ਚੁੱਕਣ ਤੋਂ ਬਾਅਦ ਉਸ ਬਿਜਲੀ ਦੇ ਚਾਨਣ ਚ ਤੇ ਸੁਭਦਰਾ ਦੇ ਵੇਖਦਿਆਂ ਵੇਖਦਿਆਂ ਬਿਨਾਂ ਕਿਸੇ ਝਿਜਕ ਤੋਂ ਗੱਭਰੂ ਇਨਸਾਨੀਅਤ ਦੀ ਹੱਦ ਨੂੰ ਟੱਪ ਕੇ ਹੈਵਾਨੀਅਤ ਤੱਕ ਤੇ ਇਸ ਤੋਂ ਬਾਅਦ ਸ਼ੈਤਾਨੀਆਂ ਤੱਕ ਜਾ ਪੁੱਜਾ ਗੋਮਤੀ ਨੂੰ ਖਿਡਾਉਣਾ ਬਣਾਉਣ ਚ ਪ੍ਰਭਾਤ ਹੁੰਦੇ ਗੋਮਤੀ ਦੇ ਪਾਸੇ ਨਾਲ ਉੱਠਿਆ ਆਪਣਾ ਕੋਟ ਤੇ ਟੋਪੀ ਸੰਭਾਲੀ ਕਮਰੇ ਚੋਂ ਨਿਕਲ ਕੇ ਦੱਬੇ ਪੈਰੀ ਪੌੜੀਆਂ ਉਤਰ ਗਿਆ ਧੰਨਵਾਦ ਚਲਦਾ